ਅਤੇ ਚੰਦਨ ਦੀ ਖੇਤੀ ਬਾਰੇ ਪਹਿਲਾਂ ਵੀ ਸੁਣਦੇ ਰਹੇ ਹਾਂ, ਆਮਦਨ ਵੀ ਹੈਗੀ ਆ, ਐਫਡੀ ਵੀ ਹੈਗੀ ਆ, ਅਤੇ ਵਾਤਾਵਰਨ ਨੂੰ ਤਾਂ ਇਹਦਾ ਜਿਹੜਾ ਫਾਇਦਾ ਹੈ ਹੀ ਹੈ। 12x15 'ਤੇ ਇਹ ਜਿਹੜਾ ਚੰਦਨ ਲੱਗਾ ਵਾ ਉਹਦੇ ਵਿੱਚ ਇੱਕ ਲਾਈਨ ਜਿਹੜੀ ਆ ਅਮਰੂਦ ਦੀ ਲਾਈ ਆ, ਜਿੰਨੇ ਬੂਟੇ ਚੰਦਨ ਦੇ ਨੇ ਉਨੇ ਹੀ ਇਹਦੇ 'ਚ ਅਮਰੂਦ ਅਮਰੂਦ ਲਾਏ ਨੇ। ਅਮਰੂਦ ਨੂੰ ਨਿੰਮਾ ਟੋਡ ਦੀ ਬਿਮਾਰੀ ਵਾਸਤੇ ਉਹਦੇ ਨਾਲ ਗੇਂਦਾ ਲਾਉਣਾ ਪੈਂਦਾ ਵਾ ਅਤੇ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ। ਇਹਦੀ ਰਿਟਾਇਰਮੈਂਟ ਤੋਂ ਬਾਅਦ 2020 ਵਿੱਚ ਮੈਂ ਇੱਕ ਸਾਲ 'ਤੇ ਚਲੋ ਨਹੀਂ ਕੀਤਾ ਸ਼ੁਰੂ ਕੰਮ, ਫਿਰ ਉਹ ਵੇਖਿਆ ਵੀ ਆਪਣਾ ਟਾਈਮ ਰਜੇਵਾਂ ਨਹੀਂ ਕੋਈ ਅਤੇ ਟਾਈਮ ਔਖਾ ਲੰਘਦਾ ਸੀ, ਅਤੇ ਚੰਦਨ ਦੀ ਖੇਤੀ ਬਾਰੇ ਪਹਿਲਾਂ ਵੀ ਸੁਣਦੇ ਰਹੇ ਹਾਂ, ਅਤੇ ਇਹ ਹੁਣ ਪੰਜਾਬ ਸਰਕਾਰ ਨੇ ਜਿਹੜਾ ਉਹ ਵੀ 2016 ਵਿੱਚੋਂ ਆਪਣੀ ਨਰਸਰੀ ਸਰਕਾਰੀ ਖੋਲ੍ਹੀ ਆ ਪਟੋਲੀ ਵਿੱਚ, ਅਤੇ ਉੱਥੇ ਜਿਹੜੀ ਆ ਉਹ ਬੂਟੇ ਵੀ ਮਿਲਦੇ ਨੇ, ਅਤੇ ਲੰਬੇ ਸਮੇਂ ਦੀ ਖੇਤੀ ਆ, ਅਤੇ ਫਿਰ ਇਹ ਸੋਚਿਆ ਵੀ ਚਲੋ ਇੱਕ ਆਪਣੇ ਫਾਇਦਾ ਵੀ ਹੈ ਵਾ ਜੇ ਹੋ ਜੇ, ਅਤੇ ਆਮਦਨ ਵੀ ਹੈਗੀ ਆ, ਐਫਡੀ ਵੀ ਹੈਗੀ ਆ, ਅਤੇ ਵਾਤਾਵਰਨ ਨੂੰ ਤਾਂ ਇਹਦਾ ਜਿਹੜਾ ਫਾਇਦਾ ਹੈ ਹੀ ਹੈ ਵਾ। ਕਿੰਨੇ ਹੋਰ ਖੇਤੀ ਕਿਹੜੀ ਕਿਹੜੀ ਕਰਦੇ? ਇਹਦੇ ਵਿੱਚ ਮੰਨੋ ਅਮਰੂਦ ਵਾ ਨਾਲ ਵਿੱਚ ਲਾਇਆ ਹੈ, 12x15 'ਤੇ ਇਹ ਜਿਹੜਾ ਚੰਦਨ ਲੱਗਾ ਵਾ ਉਹਦੇ ਵਿੱਚ ਇੱਕ ਲਾਈਨ ਜਿਹੜੀ ਆ ਅਮਰੂਦ ਦੀ ਲਾਈ ਆ, ਜਿੰਨੇ ਬੂਟੇ ਚੰਦਨ ਦੇ ਨੇ ਉਨੇ ਹੀ ਇਹਦੇ 'ਚ ਅਮਰੂਦ ਦੇ ਨੇ। ਇਸ ਤੋਂ ਇਲਾਵਾ ਜਿਹੜੇ ਹੋਸਟ ਨੇ ਉਹਦੇ, ਜਿਸ ਤਰ੍ਹਾਂ ਚੰਦਨ ਵਾ, ਚੰਦਨ ਦੇ ਨਾਲ ਇੱਕ ਸਾਈਡ 'ਤੇ ਉਹਦੇ ਸਰੂ ਲੱਗੀ ਆ ਕਜੋਰੀਨਾ ਆਸਟ੍ਰੇਲੀਆ ਦਾ ਰੁੱਖ ਵਾ, ਦੂਸਰੀ ਸਾਈਡ 'ਤੇ ਜਾਂ ਕੁਝ ਸਕਚੈਨ ਵਾ ਕੁਝ ਨਿੰਮ ਵਾ, ਅਤੇ ਫੁੱਲ ਜਿਹੜੇ ਨੇ ਉਹ ਜਿਹਦਾ ਅਮਰੂਦ ਲਾਏ ਨੇ, ਅਮਰੂਦ ਨੂੰ ਨਿੰਮਾ ਟੁੱਟਦੀ ਬਿਮਾਰੀ ਵਾਸਤੇ ਉਹਦੇ ਨਾਲ ਗੇਂਦਾ ਲਾਉਣਾ ਪੈਂਦਾ ਵਾ ਅਤੇ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ। ਉਹ ਆ ਵੀ ਉਹਨੂੰ ਫੁੱਲ ਨੂੰ ਜਿਹੜੀ ਆ ਅਮਰੂਦ ਨੂੰ ਸੁਰੱਖਿਆ ਵੀ ਦਿੰਦੀ ਆ ਉਹਦੇ ਨਾਲ, ਅਤੇ ਉਹਦੇ ਨਾਲ ਫੁੱਲ ਦੀ ਆਮਦਨ ਵੀ ਹੋ ਜਾਂਦੀ ਆ। ਜਦੋਂ ਬਾਂਸ ਜਿਹੜਾ ਹਰ ਜਿਹੜੀ ਆ ਇਹ ਵੀ ਉਹਦਾ ਇਹਦਾ ਚੰਦਨ ਦਾ ਜਿਹੜਾ ਉਹ ਸੈਕੰਡਰੀ ਹੋਸਟ ਵਾ, ਅਤੇ ਹਰ ਜਿਹੜੀ ਆ ਉਹ 2.5 ਸਾਲ ਤੱਕ ਇਹਨੂੰ ਖੁਰਾਕ ਦਿੰਦੀ ਆ, ਚੰਦਨ ਨੂੰ ਆਪਣਾ ਹੀ ਅਗਰ ਆਪ ਨਹੀਂ ਤਿਆਰ ਕਰਦਾ। ਅਤੇ ਬਾਂਸ ਜਿਹੜਾ ਬਾਂਸ ਬਾਹਰ ਫੈਂਸਿੰਗ ਵਾਸਤੇ ਲਾਇਆ ਵਾ, ਅਤੇ ਇਹ ਵੀ 4 ਕੁ ਸਾਲ ਬਾਅਦ 4-5 ਸਾਲ ਬਾਅਦ ਇਹਦੀ ਵੀ ਕੁਝ ਨਾ ਕੁਝ ਆਮਦਨ ਜਿਹੜੀ ਹੈ, ਕਿਉਂਕਿ ਇਹਦੇ ਵਿੱਚੋਂ ਨਿਕਲਦਾ ਜਾਣਾ, ਇਹ ਲੰਬੇ ਸਮੇਂ ਦੀ ਖੇਤੀ ਹੋ ਗਈ, ਅਤੇ ਇਹ ਵੀ 40-50 ਸਾਲ ਤੱਕ ਜਿਹੜਾ ਵਾ ਇਨਕਮ ਦਿੰਦਾ ਰਹਿੰਦਾ। ਚੰਦਨ ਦੀ 15 ਕੁ ਸਾਲ ਬਾਅਦ ਇਹਦੀ ਜਿਹੜੀ ਆ ਲੱਕੜ ਹੋਣੀ ਆ, ਇਹਦੇ ਵਿੱਚ ਜਿਹੜੀ ਹਾਟਵੁੱਡ ਬਣਨੀ ਆ ਉਹ 6-7 ਸਾਲ ਬਾਅਦ ਬਣਨੀ ਸ਼ੁਰੂ ਹੋ ਜਾਣੀ ਆ, ਅਤੇ 15 ਕੁ ਸਾਲ ਬਾਅਦ ਜਿੱਦਾਂ 2 ਕੁ ਸਾਲ ਦਾ ਬੂਟਾ ਲੱਗ ਗਿਆ, ਅਤੇ ਉਹ ਤੋਂ ਬਾਅਦ 13-14 ਸਾਲ ਬਾਅਦ ਇਹ ਵੰਟਣ ਵਾਲੀ ਹੋ ਜਾਂਦੀ ਆ, 7-8 ਸਾਲ ਬਾਅਦ ਜਿਹੜੀ ਆ ਉਹ ਜਿਹੜੀ ਅਸਲੀ ਜਿਹੜੀ ਸਮੈਲ ਵਾਲੀ ਜਿਹੜੀ ਲੱਕੜ ਆਇਲ ਜਿਹੜਾ ਇਹ 'ਚ ਬਣਨਾ ਸ਼ੁਰੂ ਹੋ ਜਾਂਦੀ। ਅੱਜ 6,000 ਤੋਂ ਲੈ ਕੇ ਜਿਹੜੀ ਹਾਟਵੁੱਡ ਇਹਦੀ ਜਿਹੜੀ ਆ 15-16-17-18-20 ਹਜ਼ਾਰ ਤੱਕ ਜਿਹੜੀ ਆ ਉਹ ਵਿਕਦੀ ਆ। ਹਾਂ ਉਹਦੇ ਵਿੱਚ, ਕਿਉਂਕਿ ਅੱਜ ਦਾ ਇਹ ਤਾਂ ਮਿਨੀਮਮ 6,000 ਰੇਟ ਆ ਇਹਦਾ, ਕਿਲੋ ਦਾ ਰੇਟ, ਇੱਕ ਬੂਟੇ ਦੇ ਵਿੱਚੋਂ 12 ਸਾਲ ਬਾਅਦ 13 ਸਾਲ ਬਾਅਦ ਜਿਹੜੀ ਆ 6-7 ਕਿਲੋ ਜਾਂ 14-10 ਤੋਂ 15 ਕਿਲੋ ਤੱਕ ਨਿਕਲ ਸਕਦੀ ਹੈ, ਜੇ ਉਹਨੂੰ ਜ਼ਿਆਦਾ ਹੀ ਰੱਖੀਏ 16-47-17, ਜਿੰਨਾ ਵੱਧ ਰੱਖਾਂਗੇ ਉਨੀ ਆ ਜਿਹੜੀ ਲੱਕੜ ਵੱਧ ਹੋ ਜਾਏਗੀ। ਹਾਂਜੀ ਹਾਂਜੀ, ਜਿੰਨੀ ਆਮ ਦੂਸਰੀਆਂ ਫਸਲਾਂ ਜਿੰਨਾ ਕੁ ਦਿੰਦੀਆਂ ਨੇ ਕਣਕ ਝੋਨਾ ਦਿੰਦੇ ਆ, ਮੈਨੂੰ ਹੁਣ ਦੋ ਪਹਿਲੀ ਜਦੋਂ ਮੈਂ ਬੀਜੇ ਆ ਉਦੋਂ ਮੈਂ ਨਾਲ ਸਰੋਂ ਬੀਜ ਦਿੱਤੀ ਸੀ ਵਿੱਚ ਜਿਹੜੇ ਵਿਹਲਾ ਥਾਂ ਸੀ 15 ਫੁੱਟ ਦਾ, ਅਤੇ ਸਰੋਂ ਇੱਕ ਵਾਰ ਹੋ ਗਈ ਸੀ, ਦੋ ਫਸਲਾਂ ਮੇਰੀਆਂ ਨਹੀਂ ਹੋਈਆਂ। ਹੁਣ ਦਸੰਬਰ ਵਿੱਚ ਇਹਦਾ ਜਿਹੜਾ ਅਮਰੂਦ ਵਾ ਅਮਰੂਦ ਹੋ ਜਾਣਾ ਵਾ, ਅਮਰੂਦ ਨੇ ਜਿੰਨੀਆਂ ਮੇਰੀਆਂ ਦੋ ਫਸਲਾਂ ਨਹੀਂ ਹੋਈਆਂ ਉਹਨੇ ਉਨਾ ਜਿਹੜੀ ਆਮਦਨ ਉਹਨੇ ਦੇ ਦੇਣੀ।